ते आख्या यहूदियां ने उज़ैर पुत्र है अल्लाह दा, ते आख्या नसरानियां ने मसीह पुत्र है अल्लाह दा। ए ही गल उन्हां दी अपने मुँहां नाल रीस करदे ने उन्हां दी गल दी जिहड़े बेईमान हो गए सन इन्हां तों पहलों। मारे उन्हां नूं अल्लाह दी, किधर फेरे जांदे ने। ठहराया है उन्हां अपने आलमां ते अपने दरवेशां नूं रब सवा अल्लाह दे, ते मसीह मरियम दे पुत्र नूं भी। ते नहीं हुक्म होया सन है पर एहो जो पूजण माबूद इको नू, कोई माबूद नहीं बाजो दे, ओ पा के उस तों जिस नू बराबर करदे ने। ए लोग चाहते ने जो बुझा देन चानन अल्लाह दा अपनियां फूकां नाल, ते मंजूर नहीं करदा अल्लाह, पर एहो जो पूरा करे चानन अपना, भावें जेकर बुरा जानन बेईमान। उसे अल्लाह ने भेजिया पैगम्बर अपना हदायत ते दीन सच्चा दे के, ਤਾਂ ਉਸ ਨੂੰ ਗਾਲਬ ਕਰ ਦੇਵੇ ਸਭ ਦੀਨ ਉੱਤੇ, ਭਾਵੇਂ ਜੇਕਰ ਬੁਰਾ ਜਾਣਨ ਸ਼ਿਰਕ ਕਰਨ ਵਾਲੇ। ਇਹ ਇਮਾਨ ਵਾਲਿਓ, ਬਤੇਰੇ ਆਲੇ ਕਿਤਾਬ ਦੇ ਆਲਮ ਤੇ ਦਰਵੇਸ਼ ਜ਼ਰੂਰ ਖਾਂਦੇ ਨੇ ਮਾਲ ਲੋਕਾਂ ਦੇ ਨਾ ਹੱਕ, ਤੇ ਰੋਕਦੇ ਨੇ ਅੱਲਾ ਦੇ ਰਾਹ, ਤੇ ਜਿਹੜੇ ਦਬ ਰੱਖਦੇ ਨੇ ਸੋਨਾ ਤੇ ਚਾਂਦੀ ਤੇ ਨਹੀਂ ਖਰਚ ਕਰਦੇ ਉਹਨੂੰ ਅੱਲਾ ਦੇ ਰਾਹ ਵਿੱਚ, ਸੋ ਖੁਸ਼ਖਬਰੀ ਦੇ ਉਹਨਾਂ ਨੂੰ ਦੁੱਖ ਦੀ ਮਾਰ ਦੀ। ਜਿਸ ਦਿਨ ਉਹ ਸੋਨਾ ਚਾਂਦੀ ਗਰਮ ਕੀਤਾ ਜਾਏਗਾ ਦੋਜ਼ਖ ਦੀ ਅੱਗ ਵਿੱਚ, ਫਿਰ ਦਾਗ ਦਿੱਤਾ ਜਾਏਗਾ ਉਸ ਨਾਲ ਉਹਨਾਂ ਦੇ ਮੱਥਿਆਂ ਤੇ ਵੱਖੀਆਂ ਤੇ ਪਿੱਠਾਂ ਉੱਤੇ। ਇਹ ਹੀ ਖਜ਼ਾਨਾ ਜੋ ਦੱਬਿਆ ਸਾ ਜੀ ਆਪਣੀ ਜਾਨਾਂ ਵਾਸਤੇ, ਸੋ ਚੱਖੋ ਸਵਾਦ ਉਸ ਦਾ ਜੋ ਤੁਸੀਂ ਜਮ੍ਹਾਂ ਕਰਦੇ ਸੋ। ਗਿਣਤਰੀ ਮਹੀਨਿਆਂ ਦੀ ਨਜ਼ਦੀਕ ਅੱਲਾ ਦੇ ਜ਼ਰੂਰ 12 ਮਹੀਨੇ ਨੇ ਅੱਲਾ ਦੀ ਕਿਤਾਬ ਵਿੱਚ। ਜਿਸ ਦਿਨ ਉਸ ਪੈਦਾ ਕੀਤੇ ਅਸਮਾਨ ਤੇ ਜ਼ਮੀਨ, ਉਹਨਾਂ ਵਿੱਚੋਂ 4 ਨੇ ਮਹੀਨੇ ਅਦਬ ਦੇ, ਇਹ ਹੀ ਜ਼ਾਬਤਾ ਸਿੱਧਾ। ਸੋ ਨਾ ਜ਼ੁਲਮ ਕਰੋ ਉਹਨਾਂ ਵਿੱਚ ਆਪਣੀਆਂ ਜਾਨਾਂ ਉੱਤੇ, ਪਰ ਜੇ ਬਾਜ਼ ਨਾ ਆਵਣ ਤਾਂ ਲੜੋ ਸ਼ਿਰਕ ਕਰਨ ਵਾਲਿਆਂ ਨਾਲ ਮਿਲ ਕੇ ਸਾਰੇ, ਜਿਉਂ ਮਿਲ ਕੇ ਲੜਦੇ ਨੇ ਤੁਸਾਂ ਨਾਲ ਉਹ ਸਾਰੇ, ਅਤੇ ਜਾਣ ਰੱਖੋ ਜੋ ਅੱਲਾਹ ਜ਼ਰੂਰ ਨਾਲ ਏ ਪਰਹੇਜ਼ਗਾਰਾਂ ਦੇ। ਪਿੱਛੇ ਪਾਉਣਾ ਮਹੀਨੇ ਦਾ ਨੇੜਾ ਵਧਣਾ ਹੈ ਬੇਈਮਾਨੀ ਵਿੱਚ, ਗੁੰਮਰਾਹ ਹੁੰਦੇ ਨੇ ਉਸ ਨਾਲ ਇਹ ਬੇਈਮਾਨ ਕਾਫਰ। ਹਲਾਲ ਜਾਣਦੇ ਨੇ ਇੱਕ ਮਹੀਨੇ ਨੂੰ ਇੱਕ ਵਰੇ, ਤੇ ਹਰਾਮ ਜਾਣਦੇ ਨੇ ਉਸ ਨੂੰ ਇੱਕ ਵਰੇ, ਤਾਂ ਪੂਰੀ ਕਰਦੇ ਨੇ ਗਿਣਤਰੀ ਉਸ ਦੀ ਜੋ ਹਰਾਮ ਕੀਤਾ ਹੈ ਅੱਲਾ ਨੇ। ਸੋ ਹਲਾਲ ਬਣਾ ਲੈਂਦੇ ਨੇ ਜਿਸ ਨੂੰ ਹਰਾਮ ਕੀਤਾ ਹੈ ਅੱਲਾ ਨੇ। ਸੋਹਣੇ ਦਿਸ਼ਾਏ ਨੇ ਉਹਨਾਂ ਨੂੰ ਬੁਰੇ ਕਰਤੱਵ ਆਪਣੇ, ਤੇ ਅੱਲਾ ਨਹੀਂ ਰਾਹ ਪਾਉਂਦਾ ਬੇਈਮਾਨ ਲੋਕਾਂ ਨੂੰ। ਇਹ ਇਮਾਨਦਾਰੋ, ਕੀ ਹੋ ਗਿਆ ਤੁਹਾਨੂੰ ਜਦ ਕੋਈ ਆਖੇ ਤੁਹਾਨੂੰ ਕੂਚ ਕਰੋ ਅੱਲਾ ਦੇ ਰਾਹ ਵਿੱਚ, ਢਹਿ ਪੈਂਦੇ ਹੋ ਜ਼ਮੀਨ ਉੱਤੇ? ਕਿਉਂ ਰਾਜ਼ੀ ਹੋ ਬੈਠੇ ਹੋ ਦੁਨੀਆਂ ਦੇ ਜਿਉਣੇ ਉੱਤੇ ਆਖਰਤ ਨਾਲੋਂ? ਸੋ ਨਹੀਂ ਅਸਬਾਬ ਜਿਉਣੇ ਦੁਨੀਆਂ ਦਾ ਆਖਰਤ ਦੇ ਸਾਹਮਣੇ, ਪਰ ਬਹੁਤ ਥੋੜ੍ਹਾ। ਜੇ ਨਾ ਕੂਚ ਕਰੋਗੇ, ਅਜ਼ਾਬ ਕਰੇਗਾ ਤੁਹਾਨੂੰ ਦੁੱਖ ਦਾ ਅਜ਼ਾਬ, ਅਤੇ ਵਟਾ ਲਿਆਏਗਾ ਕੋਈ ਗਰੋਹ ਹੋਰ ਸਵਾ ਤੁਹਾਡੇ, ਤੇ ਨਾ ਵਿਗਾੜ ਸਕੋਗੇ ਉਹਦਾ ਕੁਝ ਵੀ। ਅਤੇ ਅੱਲਾ ਦਾ ਹਰ ਕਾਸੇ ਉੱਤੇ ਵਸ ਚੱਲਦਾ ਹੈ, ਕੋਈ ਪਰਵਾਹ ਨਹੀਂ। ਜੇ ਨਾ ਮਦਦ ਕਰੋਗੇ ਨਬੀ ਜੀ, ਤਾਂ ਜ਼ਰੂਰ ਮਦਦ ਕਰ ਚੁੱਕਾ ਹੈ ਉਹਦੀ ਅੱਲਾ। ਜਦ ਕੱਢਿਆ ਉਹਨੂੰ ਬੇਈਮਾਨਾਂ ਨੇ ਦੋ ਵਿੱਚੋਂ ਦੂਸਰਾ ਹੁੰਦੇ ਨੂੰ, ਜਦ ਦੋਵੇਂ ਸਨ ਗਾਰ ਵਿੱਚ, ਜਦ ਆਖਿਆ ਸੀ ਆਪਣੇ ਸਾਥੀ ਨੂੰ ਗਮ ਨਾ ਕਰ, ਅੱਲਾ ਜ਼ਰੂਰ ਸਾਡੇ ਨਾਲ ਹੈ, ਫਿਰ ਉਤਾਰੀ ਅੱਲਾ ਨੇ ਤਸੱਲੀ ਆਪਣੀ ਉਸ ਉੱਤੇ, ਅਤੇ ਜ਼ੋਰ ਦਿੱਤਾ ਉਸ ਨੂੰ ਐਸੀਆਂ ਫੌਜਾਂ ਨਾਲ ਜੋ ਤੁਸਾਂ ਨਹੀਂ ਵੇਖੀਆਂ, ਅਤੇ ਕਰ ਦਿੱਤੀ ਗੱਲ ਬੇਈਮਾਨਾਂ ਦੀ ਨੀਵੀਂ। ਅਤੇ ਅੱਲਾ ਹੀ ਦਾ ਬੋਲਬਾਲਾ ਹੈ, ਅਤੇ ਅੱਲਾ ਜ਼ੋਰਾਵਰ ਹਿਕਮਤ ਵਾਲਾ ਹੈ। ਨਿਕਲੋ ਭਾਵੇਂ ਹੌਲੇ ਪਾਰ ਭਾਵੇਂ ਭਾਰੇ ਪਾਰ, ਅਤੇ ਲੜੋ ਨਾਲ ਆਪਣੀਆਂ ਮਾਲਾਂ ਅਤੇ ਆਪਣੀਆਂ ਜਾਨਾਂ ਦੇ ਅੱਲਾ ਦੇ ਰਾਹ ਵਿੱਚ। ਇਹ ਚੰਗਾ ਤੁਸਾਂ ਲਈ ਜੇ ਤੁਸੀਂ ਜਾਣਦੇ ਹੋ, ਅਤੇ ਜੇ ਕਦੇ ਉਹ ਹੁੰਦਾ ਫਾਇਦਾ ਆਸਾਨ ਅਤੇ ਸਫ਼ਰ ਦਰਮਿਆਨਾ, ਤਾਂ ਸਾਥ ਜਾਂਦੇ ਤੇਰੇ, ਪਰ ਦੂਰ ਨਜ਼ਰ ਆਇਆ ਉਹਨਾਂ ਨੂੰ ਪੇਂਡਾ, ਅਤੇ ਹੁਣ ਕਸਮਾਂ ਖਾਣਗੇ ਅੱਲਾ ਦੀਆਂ, ਜੇ ਕਦੇ ਸਾਡੇ ਵਿੱਚ ਤਾਕਤ ਆਉਂਦੀ ਤਾਂ ਅਸੀਂ ਨਿਕਲਦੇ ਤੁਸਾਂ ਨਾਲ, ਤਬਾਹ ਕਰਦੇ ਨੇ ਆਪਣੀਆਂ ਜਾਨਾਂ ਨੂੰ, ਅਤੇ ਅੱਲਾ ਜਾਣਦਾ ਭਾਈ ਉਹ ਜ਼ਰੂਰ ਹੀ ਝੂਠੇ ਨੇ। ਅੱਲਾ ਤੈਨੂੰ ਮਾਫ਼ ਕਰੇ, ਕਿਉਂ ਛੁੱਟੀ ਦਿੱਤੀ ਹੋਈ ਉਹਨਾਂ ਨੂੰ, ਜਦ ਤੀਕ ਜ਼ਾਹਿਰ ਨਾ ਹੋ ਜਾਂਦੇ ਤੈਨੂੰ ਸੱਚੇ, ਅਤੇ ਜਾਣ ਲੈਂਦੋ ਝੂਠਿਆਂ ਨੂੰ। ਨਹੀਂ ਛੁੱਟੀ ਮੰਗਦੇ ਤੈਥੋਂ ਜਿਹੜੇ ਮੰਨਦੇ ਨੇ ਅੱਲਾ ਨੂੰ ਅਤੇ ਦਿਨ ਆਖਰਤ ਨੂੰ, ਇਸ ਤੋਂ ਲੜਨ ਨਾਲ ਆਪਣੀਆਂ ਮਾਲਾਂ ਅਤੇ ਆਪਣੀਆਂ ਜਾਨਾਂ ਦੇ, ਅਤੇ ਅੱਲਾ ਜਾਣਦਾ ਹੈ ਪਰਹੇਜ਼ਗਾਰਾਂ ਨੂੰ। ਛੁੱਟੀ ਮੰਗਦੇ ਨੇ ਤੈਥੋਂ ਨੇੜੇ ਉਹ ਜਿਹੜੇ ਨਹੀਂ ਮੰਨਦੇ ਅੱਲਾ ਨੂੰ ਅਤੇ ਦਿਨ ਆਖਰਤ ਨੂੰ, ਅਤੇ ਸ਼ੱਕ ਵਿੱਚ ਪਏ ਨੇ ਦਿਲ ਉਹਨਾਂ ਦੇ, ਸੋ ਉਹ ਆਪਣੇ ਸ਼ੱਕ ਵਿੱਚ ਡਾਵਾਂ ਡੋਲ ਨੇ। ਅਤੇ ਜੇ ਕਦੇ ਨੀਅਤ ਹੁੰਦੀ ਉਹਨੇ ਨਿਕਲਣ ਦੀ,
ਤਾਂ ਤਿਆਰ ਕਰਦੇ ਉਹਦੇ ਲਈ ਕੁਝ ਅਸਬਾਬ, ਪਰ ਬੁਰਾ ਜਾਤਾ ਅੱਲਾ ਨੇ ਉੱਠਣਾ ਉਹਨਾਂ ਦਾ, ਫਿਰ ਸੁਸਤ ਕਰ ਦਿੱਤਾ ਉਹਨਾਂ ਨੂੰ ਤੇ ਕਹਿ ਦਿੱਤਾ ਜੋ ਬੈਠੋ ਨਾਲ ਬੈਠਣ ਵਾਲਿਆਂ ਦੇ। ਜੇ ਕਦੇ ਤੁਸਾਂ ਨਾਲ ਨਿਕਲਦੇ ਸਵਾ ਖਰਾਬੀ ਦੇ, ਕੁਝ ਨਾ ਤੁਹਾਡਾ ਵਧਾਉਂਦੇ ਤੇ ਤੁਹਾਡੇ ਵਿਚਕਾਰ ਖਰਾਬੀ ਲਿਆਉਣ ਲਈ ਦੌੜ ਧੁੱਪ ਕਰਦੇ, ਤੇ ਤੁਸਾਂ ਵਿੱਚ ਵੀ ਸੁਣਨ ਵਾਲੇ ਨੇ ਉਹਨਾਂ ਦੀਆਂ ਗੱਲਾਂ ਕੰਨ ਲਾ ਕੇ, ਤੇ ਅੱਲਾ ਜਾਣਦਾ ਜ਼ਾਲਮਾਂ ਨੂੰ। ਜ਼ਰੂਰ ਢੂੰਡ ਚੁੱਕੇ ਨੇ ਖਰਾਬੀ ਇਹਦੋਂ ਅੱਗੇ ਵੀ, ਤੇ ਹੇਠ ਉੱਤੇ ਕਰ ਚੁੱਕੇ ਨੇ ਤੁਹਾਡੇ ਖਿਲਾਫ਼ ਤਦਬੀਰਾਂ, ਇੱਥੋਂ ਤੀਕ ਜੋ ਆ ਗਿਆ ਵਹਿਦਾ ਸੱਚਾ ਤੇ ਚੜ ਗਿਆ ਕੰਮ ਅੱਲਾ ਦਾ, ਤੇ ਉਹ ਨਾ ਖੁਸ਼ੀ ਰਹੇ। ਤੇ ਉਹਨਾਂ ਵਿੱਚੋਂ ਜਿਹੜਾ ਆਖਦਾ ਹੈ ਛੁੱਟੀ ਦਿਓ ਮੈਨੂੰ ਤੇ ਨਾ ਫਾਈ ਪਾਓ ਮੈਨੂੰ, ਸੁਣਨਾ ਹੈ ਫਾਈ ਵਿੱਚ ਹੀ ਤੇ ਡਿੱਗ ਪਏ ਨੇ ਤੇ ਦੋਜ਼ਖ ਨੇ ਘੇਰਿਆ ਹੋਇਆ ਬੇਈਮਾਨਾਂ ਨੂੰ। ਜੇ ਪਹੁੰਚੇ ਤੈਨੂੰ ਨਿਮਤ ਬੁਰੀ ਲੱਗਦੀ ਹੈ ਉਹਨਾਂ ਨੂੰ, ਤੇ ਜੇ ਪਹੁੰਚੇ ਤੈਨੂੰ ਮੁਸੀਬਤ, ਆਖਦੇ ਨੇ ਅਸਾਂ ਸੰਭਾਲ ਲਿਆ ਸੀ ਕੰਮ ਆਪਣਾ ਪਹਿਲੋਂ, ਤੇ ਮੁੜ ਜਾਂਦੇ ਨੇ ਖੁਸ਼ ਖੁਸ਼। ਤੂੰ ਆਖ ਇਹ ਪਹੁੰਚੇਗੀ ਸਾਨੂੰ ਕੁਛ ਬੁਰਿਆਈ ਜਾਂ ਭਲਿਆਈ, ਪਰ ਜੋ ਲਿਖਿਆ ਅੱਲਾ ਨੇ ਸਾਡੇ ਲਈ ਉਹ ਕੰਮ ਬਣਾਉਣ ਵਾਲਾ ਹੈ ਸਾਡਾ, ਤੇ ਅੱਲਾ ਹੀ ਉੱਤੇ ਭਰੋਸਾ ਕਰਨਾ ਚਾਹੀਦਾ ਈਮਾਨ ਵਾਲਿਆਂ ਨੂੰ। ਤੂੰ ਆਖ ਨਹੀਂ ਉਡੀਕਦੇ ਹੋ ਤੁਸੀਂ ਸਾਡੇ ਲਈ ਪਰ ਦੋ ਨੇਕ ਕੰਮਾਂ ਵਿੱਚੋਂ ਇੱਕ, ਜਾਂ ਫਤਿਹ ਤੇ ਜਾਂ ਸ਼ਹਾਦਤ ਦਾ ਦਰਜਾ, ਤੇ ਅਸੀਂ ਉਡੀਕਦੇ ਹਾਂ ਤੁਸਾਂ ਲਈ ਭਾਈ ਮੁਸੀਬਤ ਪਹੁੰਚਾਏ ਤੁਹਾਨੂੰ ਅੱਲਾ ਅਜ਼ਾਬ ਨਾਲ ਆਪਣੇ ਕੋਲੋਂ ਜਾਂ ਸਾਡੇ ਹੱਥੀਂ। ਸੋ ਉਡੀਕੋ, ਅਸੀਂ ਵੀ ਤੁਸਾਂ ਨਾਲ ਉਡੀਕਦੇ ਹਾਂ। ਤੁਸੀਂ ਆਖੋ ਖਰਚ ਕਰੋ ਖੁਸ਼ੀ ਨਾਲ ਜਾਂ ਨਾ ਖੁਸ਼ੀ ਨਾਲ, ਤੁਹਾਡਾ ਹਰਗਿਜ਼ ਨਹੀਂ ਕਬੂਲ ਹੋਣਾ, ਤੁਸੀਂ ਜ਼ਰੂਰ ਬੇਫਰਮਾਨ ਫਾਸਕ ਲੋਕ ਹੋ। ਤੇ ਨਹੀਂ ਬੰਦ ਕੀਤਾ ਉਹਨਾਂ ਤੋਂ ਕਬੂਲ ਹੋਣਾ ਉਹਨਾਂ ਦੇ ਮਾਲ ਦਾ, ਪਰ ਇਸ ਗੱਲ ਨੇ ਜੋ ਉਹ ਜ਼ਰੂਰ ਨਹੀਂ ਮੰਨਦੇ ਅੱਲਾ ਨੂੰ ਤੇ ਉਹਦੇ ਪੈਗੰਬਰ ਨੂੰ ਤੇ ਨਹੀਂ ਆਉਂਦੇ ਨਮਾਜ਼ ਵੱਲ, ਪਰ ਨਾਲੇ ਉਹਨਾਂ ਦਾ ਜੀ ਮਾਰਿਆ ਹੋਇਆ ਹੈ ਤੇ ਅੱਲਾ ਦੀ ਰਾਹ ਵਿੱਚ ਖਰਚ ਕਰਨ ਨੂੰ ਉਹ ਬੁਰਾ ਹੀ ਜਾਣਦੇ ਨੇ। ਸੋ ਨਾ ਅਨੋਖੇ ਲੱਗਣ ਤੈਨੂੰ ਮਾਲ ਉਹਨਾਂ ਦੇ ਤੇ ਨਾ ਔਲਾਦ ਉਹਨਾਂ ਦੀ, ਮੇਰਾ ਇਹੋ ਚਾਹੁੰਦਾ ਹੈ ਅੱਲਾ ਜੋ ਅਜ਼ਾਬ ਕਰੇ ਉਹਨਾਂ ਨੂੰ ਇਹਨਾਂ ਹੀ ਚੀਜ਼ਾਂ ਨਾਲ ਵਿੱਚ ਜਿਉਣੇ ਦੁਨੀਆਂ ਦੇ, ਤੇ ਨਿਕਲ ਜਾਣ ਜਾਣਾ ਉਹਨਾਂ ਦੀਆਂ ਜਦ ਉਹ ਬੇਈਮਾਨ ਨੇ, ਤੇ ਕਸਮਾਂ ਖਾਂਦੇ ਨੇ ਅੱਲਾ ਦੀਆਂ ਜੋ ਉਹ ਜ਼ਰੂਰ ਹੀ ਤੁਸਾਂ ਵਿੱਚੋਂ ਨੇ ਤੇ ਨਹੀਂ ਉਹ ਤੁਸਾਂ ਵਿੱਚੋਂ, ਪਰ ਉਹ ਲੋਕ ਨੇ ਡਰਦੇ ਤੁਹਾਡੇ ਤੋਂ। ਜੇ ਕਦੇ ਮਿਲਦੇ ਕੋਈ ਪਨਾਹ ਦਾ ਥਾਂ ਜਾਂ ਖੂੰਦਰਾਂ ਜਾਂ ਸੁਰੰਗ, ਦੌੜਦੇ ਹੋਏ ਮੁੜ ਜਾਣ ਉਧਰ ਨੂੰ, ਤੇ ਉਹਨਾਂ ਵਿੱਚੋਂ ਹੀ ਇਹ ਜਿਹੜਾ ਐਬ ਲਾਉਂਦਾ ਤੈਨੂੰ ਖੈਰਾਤਾਂ ਵੰਡਣੇ ਵਿੱਚ, ਫਿਰ ਜੇ ਮਿਲ ਗਿਓ ਨੇ ਉਸ ਵਿੱਚੋਂ ਤਾਂ ਰਾਜ਼ੀ ਹੋਏ, ਤੇ ਜੇ ਨਾ ਮਿਲਿਓ ਨੇ ਉਸ ਵਿੱਚੋਂ ਉਸ ਵੇਲੇ ਉਹ ਵਿਗੜ ਜਾਂਦੇ ਨੇ, ਤੇ ਜੇ ਕਦੇ ਉਹ ਰਾਜ਼ੀ ਹੁੰਦੇ ਉਤਨੇ ਉੱਤੇ ਜੋ ਦਿੱਤਾ ਉਹਨਾਂ ਨੂੰ ਅੱਲਾ ਤੇ ਉਹਦੇ ਪੈਗੰਬਰ ਨੇ, ਤੇ ਆਖਦੇ ਬਤੇਰਾ ਸਾਨੂੰ ਅੱਲਾ ਦੇ ਦੇਗਾ ਹੋਰ ਵੀ ਬਹੁਤ ਕੁਛ ਸਾਨੂੰ ਅੱਲਾ ਆਪਣੇ ਫਜ਼ਲ ਨਾਲ ਤੇ ਪੈਗੰਬਰ ਉਹਦਾ, ਅਸੀਂ ਜ਼ਰੂਰ ਅੱਲਾ ਹੀ ਦੀ ਵੱਲ ਚਾਹ ਰੱਖਦੇ ਹਾਂ। ਖੈਰਾਤਾਂ ਨਿਰੀਆਂ ਕੰਗਾਲਾਂ ਭੁੱਖਿਆਂ ਤੇ ਖੈਰਾਤ ਉਗਰਾਂ ਉੱਤੇ ਲੱਗੇ ਹੋਏ ਨੌਕਰਾਂ ਵਾਸਤੇ ਨੇ, ਤੇ ਉਹਨਾਂ ਵਾਸਤੇ ਵੀ ਜਿਨ੍ਹਾਂ ਦੇ ਦਿਲ ਪਰਚਾਉਣੇ ਨੇ, ਤੇ ਗਰਦਨਾਂ ਛੁਡਾਉਣੇ ਵਿੱਚ ਤੇ ਕਰਜ਼ਦਾਰਾਂ ਦੇ ਤੇ ਵਿੱਚ ਰਾਹ ਅੱਲਾ ਦੇ ਤੇ ਰਾਹੀ ਦੇ ਠਹਿਰਾਇਆ ਹੋਇਆ ਅੱਲਾ ਵੱਲੋਂ, ਤੇ ਅੱਲਾ ਜਾਣਦਾ ਹਿਕਮਤ ਵਾਲਾ। ਤੇ ਉਹਨਾਂ ਵਿੱਚੋਂ ਨੇ ਜਿਹੜੇ ਸਤਾਉਂਦੇ ਨੇ ਪੈਗੰਬਰ ਨੂੰ ਤੇ ਆਖਦੇ ਨੇ ਨਬੀ ਕੰਨਾਂ ਦਾ ਕੱਚਾ ਹੈ। ਤੂੰ ਆਖ ਕੰਨ ਹੈਨ ਭਲਿਆਈ ਵਾਸਤੇ ਤੁਸਾਂ ਲਈ ਮੰਨਦਾ ਹੈ ਅੱਲਾ ਨੂੰ ਤੇ ਯਕੀਨ ਕਰਦਾ ਹੈ ਗੱਲ ਇਮਾਨਦਾਰਾਂ ਦੀ, ਤੇ ਮੇਰੇ ਇਮਾਨਦਾਰਾਂ ਲਈ ਤੁਸਾਂ ਵਿੱਚੋਂ, ਤੇ ਜਿਹੜੇ ਸਤਾਉਂਦੇ ਨੇ ਅੱਲਾ ਦੇ ਪੈਗੰਬਰ ਨੂੰ ਉਹਨਾਂ ਨੂੰ ਦੁੱਖ ਦੀ ਮਾਰ ਹੈ। ਕਸਮਾਂ ਖਾਂਦੇ ਨੇ ਅੱਲਾ ਦੀਆਂ ਤੁਸਾਂ ਅੱਗੇ ਤਾਂ ਰਾਜ਼ੀ ਕਰਨ ਤੁਹਾਨੂੰ, ਤੇ ਅੱਲਾ ਤੇ ਉਹਦੇ ਪੈਗੰਬਰ ਦਾ ਵਧੇਰਾ ਹੱਕ ਹੈ ਜੋ ਰਾਜ਼ੀ ਕਰਨ ਉਹਨੂੰ ਜੇ ਹੈ ਨਾ ਇਮਾਨਦਾਰ। ਭਲਾ ਇਹ ਨਹੀਂ ਨਾ ਜਾਤਾ ਭਾਈ ਜਿਹੜਾ ਉਲਟ ਕਰੇਗਾ ਅੱਲਾ ਤੇ ਉਹਦੇ ਪੈਗੰਬਰ ਦਾ, ਸੋ ਜ਼ਰੂਰ ਉਹਦੇ ਲਈ ਅੱਗ ਹੈ ਦੋਜ਼ਖ ਦੀ, ਸਦਾ ਰਹੇਗਾ ਉੱਥੇ। ਇਹੀ ਪੰਡੀ ਬੜੀ ਡਰਦੇ ਨੇ ਮੁਨਾਫਕ ਇਸ ਤੋਂ ਜੋ ਉਤਰੇ ਉਹਨਾਂ ਦੇ ਹੱਕ ਵਿੱਚ ਕੋਈ ਸੂਰਤ ਜਿਹੜੀ ਜਿਤਾ ਦੇ ਉਹਨਾਂ ਨੂੰ ਜੋ ਉਹਨਾਂ ਦੇ ਜੀਆਂ ਵਿੱਚ ਹੈ। ਤੁਸੀਂ ਆਖੋ ਠੱਠੇ ਕਰ ਲਓ, ਅੱਲਾ ਜ਼ਰੂਰ ਜ਼ਾਹਿਰ ਕਰੇਗਾ ਜਿਸ ਗੱਲ ਦਾ ਤੁਹਾਨੂੰ ਡਰ ਹੈ।